ਡਾਕਟਰ ਅਬਦਜੀਤ ਕੌਰ ਰਿਆਰ ਜੀ ਨੂੰ ਤੇ ਉਹਨਾਂ ਦਾ ਜਿਹੜਾ ਭਾਸ਼ਣ ਹੈਗਾ ਆ ਅੱਜ ਦਾ ਉਹ ਹੈਗਾ ਆ ਕਿ ਕਲਾਸ ਦੇ ਵਿੱਚ ਜਦੋਂ ਤੁਸੀਂ ਪੜਾਉਣਾ ਆ ਉਦੋਂ ਮਾਹੌਲ ਕਿਸ ਤਰ੍ਹਾਂ ਸਿਰਜਣਾ ਮਾਹੌਲ ਕਿਹੋ ਜਿਹਾ ਹੋਣਾ ਚਾਹੀਦਾ ਆ ਉਹਦੇ ਤੇ ਅੱਜ ਸਪੀਚ ਕਰਨਗੇ ਡਾਕਟਰ ਬਲਜੀਤ ਕੌਰ ਰਿਆਰ ਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ ਜੀ ਥੈਂਕ ਯੂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਸੰਸਥਾ ਜਗਤ ਪੰਜਾਬੀ ਸਭਾ ਦੇ ਸਮੂਹ ਮੈਂਬਰ ਸਹਿਬਾਨ ਚੇਅਰਮੈਨ ਸਾਹਿਬ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਜੋ ਵੀ ਸ਼ਖਸੀਅਤਾਂ ਵਿਰਾਜ਼ਮਾਨ ਨੇ ਮੇਰਾ ਸਜਦਾ ਹੈ ਸਭ ਨੂੰ ਸੋ ਜੋ ਗੱਲ ਚੱਲ ਰਹੀ ਹੈ ਜੋ ਵੈਬਿਨਾਰ ਦੇ ਵਿੱਚ ਔਰ ਜੋ ਵਿਸ਼ੇ ਪ੍ਰਬੰਧਕਾਂ ਨੇ ਉਲੀਕੇ ਨੇ ਉਹਨਾਂ ਸਾਰੇ ਵਿਸ਼ਿਆਂ ਦਾ ਆਪਸ ਦੇ ਵਿੱਚ ਅੰਤਰ ਸੰਬੰਧ ਹੈ ਕਿਉਂਕਿ ਇੱਕ ਵਧੀਆ ਬੁਲਾਰਾ ਉਹੀ ਹੋ ਸਕਦਾ ਹੈ ਜਿਸ ਕੋਲ ਨੈਤਿਕ ਕਦਰਾਂ ਕੀਮਤਾਂ ਦਾ ਖਜ਼ਾਨਾ ਹੋਵੇ ਜਿਸ ਕੋਲ ਭਾਸ਼ਾ ਦਾ ਗਿਆਨ ਹੋਵੇ ਉਸ ਨੂੰ ਭਾਸ਼ਾ ਬੋਲਣ ਦੇ ਵਿੱਚ ਮੁਹਾਰਤ ਹਾਸਲ ਹੋਵੇ ਔਰ ਉਹ ਵਿਅਕਤੀ ਜਿਸ ਕੋਲ ਮਾਹੌਲ ਸਿਰਜਣ ਦਾ ਗੁਣ ਨਹੀਂ ਹੁੰਦਾ ਉਹ ਵਧੀਆ ਬੁਲਾਰਾ ਕਦੇ ਵੀ ਨਹੀਂ ਹੋ ਸਕਦਾ ਸੋ ਜਦੋਂ ਵੀ ਇੱਕ ਅਧਿਆਪਕ ਕਲਾਸ ਦੇ ਵਿੱਚ ਜਾਂਦਾ ਹੈ ਤਾਂ ਦੋ ਇੱਥੇ ਵੀ ਦੋ ਤਿੰਨ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਸਭ ਤੋਂ ਪਹਿਲਾਂ ਕਿ ਕੀ ਇੱਕ ਅਧਿਆਪਕ ਜੋ ਕਲਾਸ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ ਕਿ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਾਂ ਕੀ ਅਸੀਂ ਜਦੋਂ ਆਮ ਕਿਸੇ ਮੀਟਿੰਗ ਦੇ ਵਿੱਚ ਬੋਲ ਰਹੇ ਹਾਂ ਉਸ ਦੀ ਗੱਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਨਡਾਲਾ ਸਰ ਗੱਲ ਕਰ ਰਹੇ ਸੀਗੇ ਕੁਝ ਗੱਲਾਂ ਉਹਨਾਂ ਨੇ ਕਰ ਦਿੱਤੀਆਂ ਮੈਂ ਉਹਨਾਂ ਨੂੰ ਦੁਹਰਾਵਾਂਗੀ ਨਹੀਂ ਕਿ ਇੱਕ ਮਾਹੌਲ ਨੂੰ ਜਾਂਚਣਾ ਉਥੋਂ ਦੇ ਮਾਹੌਲ ਦੇ ਵਿੱਚ ਤੁਸੀਂ ਕਿਵੇਂ ਸ਼ਾਮਿਲ ਹੋਣਾ ਹੈ ਔਰ ਉਸ ਮਾਹੌਲ ਦੇ ਵਿੱਚ ਕਿਹੋ ਜਿਹੇ ਬੱਚੇ ਬੈਠੇ ਹੋਏ ਨੇ ਉਹਨਾਂ ਦਾ ਲੈਵਲ ਕੀ ਹੈ ਉਸ ਨੂੰ ਸਮਝ ਕੇ ਸੋ ਇੱਕ ਅਧਿਆਪਕ ਦਾ গুণवान ਹੋਣਾ ਅਧਿਆਪਕ ਕੋਲ ਲਫ਼ਜ਼ਾਂ ਦਾ ਗਿਆਨ ਹੋਣਾ ਅਧਿਆਪਕ ਕੋਲ ਭਾਸ਼ਾ ਦੀ ਮਹਾਰਤ ਹੋਣਾ ਔਰ ਅਧਿਆਪਕ ਦੇ ਕੋਲ ਉਸ ਵਿਸ਼ੇ ਬਾਰੇ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਅਸੀਂ ਕਲਾਸ ਵਿੱਚ ਜਾਂਦੇ ਹਾਂ ਤਾਂ ਅਧਿਆਪਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਲਾਸ ਵਿੱਚ ਜਾ ਕੇ ਸਿੱਧਾ ਵਿਸ਼ੇ ਦੇ ਨਾਲ ਵਿਦਿਆਰਥੀਆਂ ਨੂੰ ਜੋੜ ਦੇਵੇ ਜੇ ਅਸੀਂ ਸਿੱਧੇ ਜਾ ਕੇ ਉਹ ਸਬਜੈਕਟ ਨੂੰ ਪੜਾਉਣਾ ਸ਼ੁਰੂ ਕਰ ਦਿੰਨੇ ਹਾਂ ਤਾਂ ਨਾ ਤੇ ਅਸੀਂ ਮਾਹੌਲ ਸਿਰਜ ਸਕਦੇ ਹਾਂ ਤੇ ਨਾ ਹੀ ਵਿਦਿਆਰਥੀਆਂ ਤੱਕ ਅਸੀਂ ਆਪਣੀ ਜਿਹੜੀ ਅਪਰੋਚ ਹੈ ਉਸ ਨੂੰ ਪਹੁੰਚਾ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਸਾਨੂੰ ਵਿਦਿਆਰਥੀਆਂ ਦੀ ਸਾਈਕੀ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਬਿਲੋ ਵੇਖਣਾ ਇਹ ਜ਼ਰੂਰੀ ਹੈ ਕਿ ਕਲਾਸ ਵਿੱਚ ਕਿੰਨੇ ਵਿਦਿਆਰਥੀ ਬੈਠੇ ਨੇ ਔਰ ਜੇ ਜਿੰਨੇ ਵੀ ਵਿਦਿਆਰਥੀ ਬੈਠੇ ਨੇ ਕੀ ਜਦੋਂ ਤੁਸੀਂ ਐਂਟਰ ਕਰਦੇ ਜੇ ਉਹ ਵਿਦਿਆਰਥੀ ਤੁਹਾਨੂੰ ਸੁਣਨਾ ਚਾਹੁੰਦੇ ਨੇ ਕਿਉਂਕਿ ਦੰਦੇ ਵਿੱਚ ਜਦੋਂ ਵਕਫਾਕ ਸਮੇਂ ਦੇ ਵਿੱਚ ਅਸੀਂ ਕਲਾਸਾਂ ਦੇ ਵਿੱਚ ਜਾਂਦੇ ਆਂ ਜਾਂ ਜਦੋਂ ਵੀ ਸਪੀਕਰ ਬੋਲਦੇ ਨੇ ਜਾਂ ਬਾਹਰੋਂ ਸਪੀਕਰ ਆਉਂਦੇ ਨੇ ਬੋਲਣ ਵਾਸਤੇ ਤਾਂ ਉਹਨਾਂ ਨੇ ਜਦੋਂ ਬੋਲਣਾ ਹੁੰਦਾ ਹੈ ਤਾਂ ਕੀ ਵਿਦਿਆਰਥੀਆਂ ਦੇ ਕੋਲ ਸੁਣਨ ਲਈ ਉਸ ਵਕਤ ਉਹ ਮਾਨਸਿਕ ਤੌਰ ਤੇ ਤਿਆਰ ਨੇ ਇਹ ਮਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਵਿਦਿਆਰਥੀ ਕਿਉਂ ਸੁਣਨਗੇ ਤੁਹਾਨੂੰ ਤੁਹਾਡੇ ਕੋਲ ਐਸਾ ਕੀ ਹੈ ਜੋ ਤੁਸੀਂ ਵਿਦਿਆਰਥੀਆਂ ਨੂੰ ਦੇਣਾ ਚਾਹੁੰਦੇ ਹੋ ਤਾਂ ਇਹੀ ਸਭ ਤੋਂ ਵੱਡੀ ਗੱਲ ਹੈ ਇੱਕ ਸਪੀਕਰ ਦੇ ਵਾਸਤੇ ਕਿ ਉਸਨੇ ਮਾਹੌਲ ਨੂੰ ਕਿਵੇਂ ਬਣਾਉਣਾ ਹੈ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਜਿਵੇਂ ਵਿਆਹ ਹੁੰਦਾ ਹੈ ਤਾਂ ਉਸ ਵਿਆਹ ਦੇ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਨੇ ਉਹੋ ਜੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਨੇ ਸੋ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੇ ਨਾਲ ਜਾ ਕੇ ਸਾਂਝ ਪਾਉਣੀ ਬਹੁਤ ਜ਼ਰੂਰੀ ਹੈ ਜਿਵੇਂ ਸਰ ਇਸ ਤੋਂ ਪਹਿਲਾਂ ਸਾਡ ਗੱਲ ਕਰ ਰਹੇ ਸੀਗੇ ਕਿ ਅਸੀਂ ਉੱਥੇ ਜਾ ਕੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਨਾਲ ਆਈ ਕੰਟੈਕਟ ਬਣਾਉਣਾ ਹੈ ਇੱਕ ਕੌਨਫੀਡੈਂਸ ਦੇ ਨਾਲ ਉਹਨਾਂ ਵਿਦਿਆਰਥੀਆਂ ਨੂੰ ਪੁੱਛਣਾ ਹੈ ਫਿਰ ਇੱਕ ਇੰਟਰੋਡਕਸ਼ਨ ਛੋਟੀ ਜੀ ਇੰਟਰੋਡਕਸ਼ਨ ਯਾਨੀ ਕਿ ਵਾਰੀ-ਵਾਰੀ ਅਸੀਂ ਸਾਰੇ ਵਿਦਿਆਰਥੀਆਂ ਨੂੰ ਖੜੇ ਕਰਕੇ ਉਹਨਾਂ ਦੇ ਬਾਰੇ ਜਾਣਨਾ ਸ਼ੁਰੂ ਕਰ ਦੇਣਾ ਹੈ ਬਿਲਕੁਲ ਨਹੀਂ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਜਾ ਕੇ ਇਹੋ ਜਿਹੀ ਗੱਲਬਾਤ ਹਲਕੀ-ਕੁਲਕੀ ਸ਼ੁਰੂ ਕਰਨੀ ਹੈ ਕਿ ਅਸੀਂ ਅੱਜ ਕੀ ਕਰਨਾ ਹੈ ਅਸੀਂ ਅੱਜ ਕੀ ਪੜਨਾ ਹੈ ਮਿਸਾਲ ਦੇ ਤੌਰ ਤੇ ਮੈਂ ਇੱਕ ਪੰਜਾਬੀ ਦੀ ਪ੍ਰੋਫੈਸਰ ਹਾਂ ਤੇ ਮੈਂ ਉਹਨਾਂ ਨੂੰ ਗੁਰਮਤਕਾ ਪੜਾਉਣਾ ਹੈ ਜਦੋਂ ਮੈਂ ਗੁਰਮਤਿ ਕਾ ਪੜਾਉਣਾ ਹੈ ਤੇ ਜੇ ਮੈਂ ਸਿੱਧੀ ਜਾ ਕੇ ਇਹ ਦੱਸਣਾ ਸ਼ੁਰੂ ਕਰ ਦੇਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਾਂ ਜਾਂ ਮੈਂ ਬਾਣੀ ਦੀ ਗੱਲ ਕਰਾਂ ਤਾਂ ਸ਼ਾਇਦ ਵਿਦਿਆਰਥੀ ਨੂੰ ਇਹ ਲੱਗੇਗਾ ਕੁਝ ਵਿਦਿਆਰਥੀ ਅਜਿਹੇ ਹੋਣਗੇ ਜਿਨ੍ਹਾਂ ਦੀ ਬੈਕਗ੍ਰਾਉਂਡ ਗੁਰਮਤਿ ਵਾਲੀ ਨਹੀਂ ਹੋਏਗੀ ਕੁਝ ਵਿਦਿਆਰਥੀ ਅਜਿਹੇ ਹੋਣਗੇ ਜਿਹੜੇ ਗੁਰਬਾਣੀ ਬਾਰੇ ਨਹੀਂ ਕੁਝ ਵੀ ਜਾਣਦੇ ਹੋਣਗੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਪੰਜਾਬੀ ਦੇ ਨਾਲ ਸਾਂਝ ਪਾਉਣੀ ਪਵੇਗੀ ਕਿ ਪੰਜਾਬੀ ਭਾਸ਼ਾ ਦੇ ਨਾਲ ਸਾਂਝ ਪਾਉਣੀ ਪਵੇਗੀ ਉਹਨਾਂ ਨੂੰ ਦੱਸਣਾ ਪਵੇਗਾ ਕਿ ਪੰਜਾਬੀ ਦੀ ਕੀ ਕੀ ਸਾਰਥਕਤਾ ਹੈ ਕੀ ਪ੍ਰਸੰਗਿਕਤਾ ਹੈ ਕੀ ਮਹੱਤਵ ਹੈ ਤੇ ਪੰਜਾਬੀ ਦੇ ਵਿੱਚ ਗੁਰਮਤ ਘਾਵ ਜਿਹੜਾ ਹੈ ਜਾਂ ਗੁਰਬਾਣੀ ਹੈ ਉਹਦੀ ਕੀ ਸਾਰਥਕਤਾ ਹੈ ਤਾਂ ਫਿਰ ਜਿਹੜੀ ਪਹਿਲੀ ਜਿੱਥੋਂ ਸਾਡੇ ਅੱਜ ਦੇ ਇਸ ਵੈਬਿਨਾਰ ਦਾ ਆਗਾਜ਼ ਹੋਇਆ ਸੀ ਕਿ ਵਿਦਿਆਰਥੀਆਂ ਨੂੰ ਇਹ ਦੱਸਣਾ ਪਵੇਗਾ ਕਿ ਗੁਰਮਤ ਦਾ ਮਨੁੱਖੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ ਕਿ ਗੁਰਬਾਣੀ ਸਾਡੇ ਨਾਲ ਕਿਵੇਂ ਜੁੜੀ ਹੋਈ ਹੈ ਸਾਡਾ ਕਦਰ ਸੰਸਾਰ ਕੀ ਹੈ ਸਾਡਾ ਸਦਾਚਾਰ ਕੀ ਹੈ ਮਨੁੱਖ ਜਿਹੜਾ ਹੈ ਉਹ ਸਿਰਫ ਮਸ਼ੀਨ ਨਹੀਂ ਹੈ ਉਸਨੇ ਕੰਮ ਨਹੀਂ ਕਰਨਾ ਹੈ ਮਨੁੱਖ ਨੇ ਜੀਵਨ ਜਾਚ ਸਿੱਖਣੀ ਹੈ ਮਨੁੱਖ ਨੇ ਸਮਾਜ ਬਣਾਉਣਾ ਹੈ ਮਨੁੱਖ ਨੇ ਮਨੁੱਖ ਬਣਾਉਣੇ ਨੇ ਤਾਂ ਉਹਨਾਂ ਮਨੁੱਖਾਂ ਦੇ ਵਿੱਚ ਸਾਰਥਕ ਗੁਣ ਭਰਨ ਵਾਸਤੇ ਸਾਡੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਦਾ ਜਿਹੜਾ ਏ ਉਹ ਕੀ ਮਹੱਤਵ ਹੈ ਸੋ ਇਸ ਕਰਕੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੀ ਉਸ ਵਿਸ਼ੇ ਦੇ ਨਾਲ ਸਾਂਝ ਪਾਉਣੀ ਪਵੇਗੀ ਦੂਸਰੀ ਗੱਲ ਕਿ ਜਦੋਂ ਵਿਦਿਆਰਥੀਆਂ ਦੀ ਅਸੀਂ ਸਾਂਝ ਪਵਾਰੇ ਹੁੰਨੇ ਹਾਂ ਉਸ ਵਿਸ਼ੇ ਦੇ ਨਾਲ ਤਾਂ ਜ਼ਰੂਰੀ ਨਹੀਂ ਹੈ ਕਿ ਹਰ ਵਿਦਿਆਰਥੀ ਜਿਹੜਾ ਹੈ ਉਸ ਦੇ ਨਾਲ ਜੁੜ ਜਾਵੇ ਤਾਂ ਮੈਨੂੰ ਜਦੋਂ ਮੈਂ ਵਿਦਿਆਰਥਣ ਸੀ ਤਾਂ ਮੈਨੂੰ ਦੋ ਲੇਖ ਕਦੇ ਨਹੀਂ ਭੁੱਲਦੀ ਇੱਕ ਹੈ ਇੱਕ ਸੀ ਪ੍ਰਿੰਸੀਪਲ ਤੇਜਾ ਸਿੰਘ ਦਾ ਘਰ ਦਾ ਪਿਆਰ ਤੇ ਦੂਜਾ ਸੀ ਵਿਹਲੀਆਂ ਗੱਲਾਂ ਕਿ ਇੱਕ ਅਧਿਆਪਕ ਦੇ ਕੋਲ ਵਿਹਲੀਆਂ ਗੱਲਾਂ ਵੀ ਹੋਣੀਆਂ ਚਾਹੀਦੀਆਂ ਨੇ ਵਿਹਲੀਆਂ ਗੱਲਾਂ ਉਹ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਊਲ ਫਜ਼ੂਲ ਗੱਲਾਂ ਕਹਿੰਦੇ ਹਾਂ ਸੋ ਉਹ ਵੈਲੀਆ ਗੱਲਾਂ ਉਹ ਨੇ ਜਿਹੜੀਆਂ ਇੱਕ ਅਧਿਆਪਕ ਦੇ ਕੋਲ ਆਪਣੇ ਵਿਸ਼ੇ ਤੋਂ ਬਿਨਾ ਬਾਕੀ ਜੋ ਸਾਡੇ ਸਮਾਜ ਵਿੱਚ ਵਾਪਰ ਰਿਹਾ ਹੈ ਵਰਤਾਰੇ ਨੇ ਜੋ ਰਾਜਨੀਤੀ ਹੈ ਜੋ ਭੂਗੋਲ ਹੈ ਜੋ ਧਰਮ ਹੈ ਸਭਿਆਚਾਰ ਹੈ ਭਾਸ਼ਾ ਹੈ ਜੋ ਵਿਦੇਸ਼ੇ ਵਿੱਚ ਵਾਪਰ ਰਿਹਾ ਹੈ ਜੋ ਅੱਜ ਦਾ ਜੋ ਅੱਜ ਦੇ ਸੰਸਾਰ ਦੇ ਵਿੱਚ ਗਲੋਬਲਾਈਜੇਸ਼ਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਜੋ ਮੋਬਾਈਲ ਦੀਆਂ ਗੱਲਾਂ ਕਰ ਰਹੇ ਹਾਂ ਉਹ ਸਾਰੇ ਬਾਰੇ ਗਿਆਨ ਹੋਣਾ ਬੜਾ ਜ਼ਰੂਰੀ ਹੈ ਤਾਂ ਤੁਸੀਂ ਥੋੜੀ ਜੀ ਗੱਲ ਜੋੜ ਕੇ ਕੋਈ ਵਿਦਿਆਰਥੀ ਕੋਈ ਸ਼ਰਾਰਤ ਕਰ ਦਿੰਦਾ ਹੈ ਜਾਂ ਕੋਈ ਵਿਦਿਆਰਥੀ ਕੋਈ ਐਸੀ ਗੱਲ ਕਰ ਦਿੰਦਾ ਜਿਹੜੀ ਕਈ ਵਾਰ ਲੱਗਦਾ ਹੈ ਅਧਿਆਪਕ ਨੂੰ ਵੀ ਉਹ ਰਿਐਕਟ ਕਰਦਾ ਹੈ ਉਹ ਰਿਐਕਟ ਕਰਨ ਦੀ ਜ਼ਰੂਰਤ ਨਹੀਂ ਹੈ ਉਸ ਗੱਲ ਕਈ ਵਾਰੀ ਕੀ ਵਿਦਿਆਰਥੀ ਕੀ ਕਰਦੇ ਨੇ ਛੋਟੀਆਂ-ਛੋਟੀਆਂ ਗੱਲਾਂ ਕਰਦੇ ਨੇ ਉਹ ਕਿ ਲੱਤਾਂ ਹਿਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਵੇਂ ਸਰ ਗੱਲ ਕਰ ਰਹੇ ਸੀ ਨਾ ਕਿ ਬਾਡੀ ਲੈਂਗੁਏਜ ਹੁੰਦੀ ਹੈ ਹੱਥ ਮਲਨੇ ਸ਼ੁਰੂ ਕਰ ਦਿੰਦੇ ਨੇ ਹੱਥ ਹਿਲਾਉਣੇ ਸ਼ੁਰੂ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਉਹਨਾਂ ਗੱਲਾਂ ਦੇ ਨਾਲ ਜੋੜ ਕੇ ਮੈਂ ਵਿਦਿਆਰਥੀ ਨੂੰ ਅਕਸਰ ਕਹਿੰਦੀ ਹੁੰਦੀ ਆ ਵੀ ਪਿਆਰੇ ਵਿਦਿਆਰਥੀਓ ਤੁਸੀਂ ਲੱਤ ਹਿਲਾ ਰਹੇ ਜੀ ਤੁਸੀਂ ਹੱਥ ਹਿਲਾ ਰਹੇ ਜੀ ਤੇ ਕੱਲ ਨੂੰ ਤੁਸੀਂ ਵੀ ਪਿਆਰੇ ਵਿਦਿਆਰਥੀਓ ਕੱਲ ਨੂੰ ਤੁਸੀਂ ਅੱਗੇ ਜਾ ਕੇ ਐਮਐਲਏ ਬਣਨਾ ਹੈ ਤੁਸੀਂ ਡਾਕਟਰ ਬਣਨਾ ਹੈ ਤੁਸੀਂ ਪ੍ਰੋਫੈਸਰ ਬਣਨਾ ਹੈ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਰੁਤਬੇ ਤੇ ਪਹੁੰਚਣਾ ਹੈ ਤੇ ਜਦੋਂ ਤੁਸੀਂ ਕੱਲ ਨੂੰ ਕਿਤੇ ਵਾਈਸ ਚਾਂਸਲਰ ਬਣ ਕੇ ਸਾਹਮਣੇ ਸਟੇਜ ਤੇ ਬੈਠੇ ਹੋਵੋਗੇ ਤੇ ਲੱਤ ਹਿਲਾ ਰਹੇ ਹੋਗੇ ਤਾਂ ਕੀ ਤੁਸੀਂ ਚੰਗੇ ਲੱਗੋਗੇ ਤਾਂ ਵਿਦਿਆਰਥੀ ਆਪਣੇ ਆਪ ਦੇ ਵਿੱਚ ਸੋਚਣ ਲੱਗ ਜਾਂਦਾ ਹੈ ਕਿ ਸੱਚੀ ਮੈਂ ਵਾਈਸ ਚਾਂਸਲਰ ਬਣਾਂਗਾ ਕੀ ਵਿਦਿਆਰਥੀਆਂ ਨੂੰ ਮੋਟੀਵੇਟ ਕਰਨਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਜੇ ਵਿਦਿਆਰਥੀ ਕੋਈ ਸ਼ਰਾਰਤ ਵੀ ਕਰਦਾ ਹੈ ਕੋਈ ਐਸੀ ਗੱਲ ਕਰਦਾ ਹੈ ਜਿਸ ਦੇ ਨਾਲ ਅਧਿਆਪਕ ਨੂੰ ਗੁੱਸਾ ਹੁੰਦਾ ਹੈ ਤਾਂ ਉਸ ਨੂੰ ਗੁੱਸੇ ਦੇ ਨਾਲ ਹੀ ਵਿਦਿਆਰਥੀ ਨੂੰ ਸਨਬ ਨਹੀਂ ਕਰਨਾ ਚਾਹੀਦਾ ਉਸ ਦੀ ਸਾਈਕੋਲੋਜੀ ਨੂੰ ਸਮਝ ਕੇ ਮੈਂ ਆਪਣੀ ਜ਼ਿੰਦਗੀ ਦੀਆਂ ਮੇਰੀਆਂ ਬਹੁਤ ਨਿੱਜੀ ਐਗਜ਼ਾਮਪਲਸ ਨੇ ਕਿ ਬਹੁਤ ਸ਼ਰਾਰਤੀ ਤੋਂ ਸ਼ਰਾਰਤੀ ਵਿਦਿਆਰਥੀ ਜਿਹੜੇ ਵਿਦਿਆਰਥੀ ਲੱਗਦਾ ਸੀ ਕਿ ਕਦੇ ਪੜ੍ਹ ਵੀ ਨਹੀਂ ਸਕਦੇ ਉਹ ਵੀ ਆ ਕੇ ਅਧਿਆਪਕ ਦਾ ਬਹੁਤ ਸਤਿਕਾਰ ਕਰਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵੀ ਅਧਿਆਪਕ ਉਹਨਾਂ ਨੂੰ ਕੋਈ देरਿਆ ਹੈ ਸੋ ਇਸ ਕਰਕੇ ਉਸ ਕਲਾਸ ਦੇ ਵਿੱਚ ਜਾਂਦਿਆਂ ਇੰਜ ਨਹੀਂ ਹੈ ਕਿ ਜਿਵੇਂ ਆਪਾਂ ਟੇਬਲ ਰਿਕਾਰਡ ਦੇ ਵਿੱਚ ਰਿਕਾਰਡਿੰਗ ਕੀਤੀ ਹੁੰਦੀ ਹੈ ਉਸ ਨੂੰ ਅਸੀਂ ਬੋਰਡ ਤੇ ਲਿਖਣਾ ਸ਼ੁਰੂ ਕਰ ਦਈਏ ਜਾਂ ਅਸੀਂ ਬੋਲਣਾ ਸ਼ੁਰੂ ਕਰ ਦਈਏ ਵਿਸ਼ਾ ਪੜਾਇਆ ਤੇ ਉੱਥੋਂ ਬਾਹਰ ਆ ਗਏ ਤੁਸੀਂ ਵਿਦਿਆਰਥੀਆਂ ਨੇ ਕੁਝ ਸਿੱਖਿਆ ਹੈ ਜਾਂ ਨਹੀਂ ਸਿੱਖਿਆ ਇਸ ਦੇ ਬਾਰੇ ਵਿੱਚ ਅਸੀਂ ਉਸ ਤੋਂ ਨਾ ਵਾਕਿਬ ਹੋ ਕੇ ਬਾਹਰ ਆ ਜਾਨੇ ਹਾਂ ਸੋ ਇੱਕ ਚੰਗੇ ਸਪੀਕਰ ਦੇ ਲਈ ਇੱਕ ਚੰਗੇ ਅਧਿਆਪਕ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੋ ਵਿਦਿਆਰਥੀ ਐਕਟੀਵਿਟੀਜ਼ ਕਰ ਰਹੇ ਨੇ ਛੋਟੀਆਂ-ਛੋਟੀਆਂ ਹਰਕਤਾਂ ਕਰ ਰਹੇ ਨੇ ਜੋ ਉਹਨਾਂ ਦੀ ਬਾਡੀ ਲੈਂਗੁਏਜ ਹੈ ਕਈ ਵਾਰ ਕੀ ਵਿਦਿਆਕਾ ਵਿਦਿਆਰਥੀ ਕੀ ਕਰਦੇ ਨੇ ਆਮ ਤੌਰ ਤੇ ਸਾਰੇ ਮੇਰੇ ਨਾਲ ਸਹਿਮਤ ਹੋਣਗੇ ਕਿ ਕਲਾਸ ਵਿੱਚ ਬੈਠੇ ਵਿਦਿਆਰਥੀ ਨਾ ਖਾਣਾ ਸ਼ੁਰੂ ਕਰ ਦੇਣਗੇ ਪੈਨ ਮੂੰਹ ਚ ਪਾਉਣਾ ਸ਼ੁਰੂ ਕਰ ਦੇਣਗੇ ਮੈਂ ਕਈ ਵਾਰ ਲੈਕਚਰ ਦਿੰਦਿਆਂ ਦਿੰਦਿਆਂ ਮੈਂ ਕਹੂੰਗੀ ਬੱਚੇ ਤੁਸੀਂ ਹੁਣ ਵੱਡੇ ਹੋ ਗਏ ਜੇ ਮੂੰਹ ਚ ਪੈਨ ਨਹੀਂ ਪਾਉਣਾ ਨਾ ਨਹੀਂ ਖਾਣੇ ਸੋ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਵਿਦਿਆਰਥੀਆਂ ਦੀਆਂ ਉਹਨਾਂ ਨੂੰ ਆਪਣੇ ਆਪ ਹੀ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਅਸੀਂ ਇਹ ਹਰਕਤਾਂ ਜਿਹੜੀਆਂ ਨੇ ਉਹ ਨਹੀਂ ਕਰਨੀਆਂ ਸੋ ਜਦੋਂ ਅਸੀਂ ਇਹੋ ਜਿਹਾ ਮਾਹੌਲ ਕ੍ਰੀਏਟ ਕਰਾਂਗੇ ਕਲਾਸ ਦੇ ਵਿੱਚ ਤਾਂ ਜ਼ਾਹਿਰ ਹੈ ਕਿ ਹਰ ਬੱਚਾ ਜਿਹੜਾ ਹੈ ਉਹ ਤੁਹਾਡੇ ਨਾਲ ਜੁੜੇਗਾ ਸੋ ਵਿਦਿਆਰਥੀਆਂ ਨੂੰ ਉਹਨਾਂ ਦੀ ਦੂਸਰੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਹੈ ਕਿ ਵਿਦਿਆਰਥੀਆਂ ਨੂੰ ਜੀਵਨ ਜਾਚ ਬਾਰੇ ਦੱਸਣਾ ਜਿਸ ਨਾਲ ਉਹ ਇਸ ਜਿਹੜੀ ਨੈਤਿਕਤਾ ਦੀ ਗੱਲ ਸ਼ੁਰੂਆਤ ਦੇ ਵਿੱਚ ਹੀ ਕੀਤੀ ਹੈ ਕਿ ਉਹਨਾਂ ਨੂੰ ਰੋਜ਼ ਰੋਜ਼ ਸਬਜੈਕਟ ਦੇ ਨਾਲ ਅਸੀਂ ਜਿਹੜੇ ਸਬਜੈਕਟ ਪੜਾਉਨੇ ਆ ਉਹ ਤੇ ਪੜਾਉਣਾ ਹੀ ਆ ਪਰ ਨਾਲ ਦੀ ਨਾਲ ਉਹਨਾਂ ਦੀ ਜੀਵਨ ਜਾਤ ਦੇ ਨਾਲ ਜੋੜਨਾ ਉਹਨਾਂ ਨੂੰ ਦੱਸਣਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਗੱਲਾਂ ਦੀ ਸਾਰਥਕਤਾ ਹੈ ਕਿਹੜੀਆਂ ਗੱਲਾਂ ਦਾ ਮਹੱਤਵ ਹੈ ਕਿਹੜੀਆਂ ਗੱਲਾਂ ਦੀ ਪ੍ਰਸੰਗਿਕਤਾ ਹੈ ਤਾਂ ਉਹ ਵਿਦਿਆਰਥੀ ਸੱਚਮੁੱਚ ਹੀ ਤੁਹਾਨੂੰ ਇੰਜ ਸੁਣਨਗੇ ਜਿਵੇਂ ਤੁਸੀਂ ਪ੍ਰਵਚਨ ਕਰ ਰਹੇ ਹੋ ਓਗੇ ਅਗਲੀ ਗੱਲ ਕਿ ਜਦੋਂ ਵੀ ਤੁਸੀਂ ਪੜਾ ਰਹੇ ਹੁੰਦੇ ਜੀ ਤਾਂ ਇੱਕੋ ਜਿਵੇਂ ਸਰ ਨੇ ਗੱਲ ਕੀਤੀ ਸੀ ਕਿ ਇੱਕੋ ਜਿਹੀ ਟੋਨ ਤੁਹਾਡੀ ਹਮੇਸ਼ਾ ਨਹੀਂ ਹੋਣੀ ਚਾਹੀਦੀ ਤੁਹਾਨੂੰ ਗੁਰਮਤਧਾ ਗਿਆਨ ਹੋਣਾ ਚਾਹੀਦਾ ਹੈ ਤੁਹਾਨੂੰ ਪੋਇਟਰੀ ਦੇ ਵਿੱਚ ਮਾਡਰਨ ਪੋਇਟਰੀ ਦਾ ਗਿਆਨ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਬਹੁਤ ਸਾਰੀਆਂ ਕਿਤਾਬਾਂ ਦੀ ਲਿਸਟ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਤੁਸੀਂ ਵਿਦਿਆਰਥੀਆਂ ਨੂੰ ਦੱਸ ਸਕੋ ਔਰ ਇੱਕ ਗੱਲ ਜਿਹੜੀ ਮੈਨੂੰ ਬਹੁਤ ਮਹੱਤਵਪੂਰਨ ਲੱਗਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਹਰ ਸਪੀਕਰ ਨੂੰ ਉਹ ਜਿਹੜੇ ਹੈ ਇੰਪ੍ਰੈਸਿਵ ਬਣਾ ਸਕਦੀ ਹੈ ਉਸ ਦੀ ਸਪੀਚ ਨੂੰ ਉਹ ਹੁੰਦੀ ਹੈ ਕਿ ਤੁਸੀਂ ਪੋਇਟਰੀ ਵਿੱਚੋਂ ਵਿਦਿਆਰਥੀਆਂ ਨੂੰ ਐਗਜ਼ਾਮਪਲਸ ਦੋ ਮਿਸਾਲ ਦੇ ਤੌਰ ਤੇ ਉਹਨਾਂ ਨੂੰ ਸਮਝਾਓ ਕਿ ਕਿਵੇਂ ਬਾਬੇ ਫਰੀਦ ਨੇ ਸਾਨੂੰ ਕਿਹਾ ਕੀ ਕਿਹਾ ਹੈ ਗੁਰੂ ਨਾਨਕ ਜੀ ਨੇ ਸਾਨੂੰ ਕੀ ਕਿਹਾ ਹੈ ਸਾਨੂੰ ਪਾਤਰ ਸਾਹਿਬ ਕੀ ਕਹਿ ਰਹੇ ਨੇ ਜਾਂ ਸਾਨੂੰ ਮਾਡਰਨ ਸਾਡੇ ਜਿਹੜਾ ਲਿਟਰੇਚਰ ਹੈ ਉਹਦੇ ਵਿੱਚ ਅਜਿਹੀ ਕਿਹੜੀ ਪੋਇਟਰੀ ਹੈ ਜਿਹੜੀ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜਦੀ ਹੈ ਤੋਂ ਤੀਸਰੀ ਗੱਲ ਜਿਹੜੀ ਹੈ ਉਹ ਹੈ ਪਰਸਨੈਲਿਟੀ ਦੀ ਕਿ ਪੜਾਉਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਉਹਨਾਂ ਦੀ ਪਰਸਨੈਲਿਟੀ ਬਾਰੇ ਉਹਨਾਂ ਉਹਨਾਂ ਦੇ ਸੁਭਾਅ ਤੋਂ ਜਾਣੂ ਕਰਾਉਣਾ ਉਹਨਾਂ ਦੀਆਂ ਆਦਤਾਂ ਤੋਂ ਜਾਣੂ ਕਰਾਉਣਾ ਉਹਨਾਂ ਨੂੰ ਦੱਸਣਾ ਕਿ এডਿਕੇਸ਼ਨ ਦਾ ਮਤਲਬ ਸਿਰਫ ਤੇ ਸਿਰਫ ਕਿਤਾਬਾਂ ਪੜ੍ਹਨੀ ਨਹੀਂ ਹੁੰਦੀਆਂ এডਿਕੇਸ਼ਨ ਦਾ ਮਤਲਬ ਗਿਆਨ ਹਾਸਲ ਉਹ ਨਹੀਂ ਕਰਨਾ ਕਿ ਸਿਰਫ ਤੁਹਾਨੂੰ ਇਹ ਕਹਿ ਰਿਹਾ ਜਾਵੇ ਕਿ ਤੁਸੀਂ ਬੀਏ ਕੀਤੀ ਹੈ ਐਮਏ ਕੀਤੀ ਹੈ ਸਗੋਂ ਤੁਹਾਡੇ ਵਿਹਾਰ ਵਿੱਚੋਂ ਉਹ ਗੱਲਾਂ ਝਲਕਣੀਆਂ ਚਾਹੀਦੀਆਂ ਨੇ ਕਿ ਜਦੋਂ ਤੂੰ ਮੈਨੂੰ ਪਹਿਲੀ ਵਾਰ ਮਿਲਿਆ ਸੀ ਤੇ ਆਪਣੇ ਤੋਂ ਅੱਗੇ ਠੂ ਚੱਲ ਗਿਆ ਸੀ ਹਰ ਮੁਲਾਕਾਤ ਵਿੱਚ ਕੋਟਾ-ਪੋਟਾ ਘਟਦਾ ਗਿਆ ਤੇ ਹੁਣ ਅਸੀਂ ਮਿਲਿਆ ਨਾ ਕਰੀਏ ਮੈਨੂੰ ਫਿਕਰ ਹੈ ਕਿ ਤੂੰ ਕਿਤੇ ਖਤਮ ਨਾ ਹੋ ਜਾਵੇਂ ਇੱਕ ਹੈ ਇਹ ਪਰਸਨੈਲਿਟੀ ਤੇ ਦੂਜੀ ਪਰਸਨੈਲਿਟੀ ਹੈ ਕਿ ਜਦੋਂ ਮਿਲਿਆ ਸੀ ਹਾਨ ਦਾ ਸੀ ਸਾਬ ਰਾਜਾ ਤੇ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਇਹ ਦੋਵੇਂ ਗੱਲਾਂ ਪਰਸਨੈਲਿਟੀ ਨਾਲ ਸੰਬੰਧਿਤ ਨੇ ਕਿ ਜਹੇ ਇੱਕ ਇੱਕ ਵਿਅਕਤੀ ਦੀ ਪਰਸਨੈਲਿਟੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਹ ਵਿਦਿਆਰਥੀਆਂ ਨੂੰ ਇਹਨਾਂ ਗੱਲਾਂ ਤੋਂ ਵਾਖਮ ਕਰਾਉਣਾ ਬਹੁਤ ਜ਼ਰੂਰੀ ਹੈ ਸੋ ਉਹਨਾਂ ਦੇ ਭਾਵਨਾਤਮਕ ਜਗਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਮੈਂ ਕੁਝ ਪੁਆਇੰਟਸ ਹੀ ਜਿਹੜੇ ਸ਼ੇਅਰ ਕਰ ਰਹੀ ਹਾਂ ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੋਰ ਹੋ ਸਕਦੀਆਂ ਨੇ ਪਰ ਮੈਂ ਸਮੇਂ ਦੀ ਸੀਮਾ ਨੂੰ ਧਿਆਨ ਵਿੱਚ ਰੱਖਦੀ ਹੋਈ ਆਪਣੀ ਗੱਲ ਨੂੰ ਇੱਥੇ ਸਮੇਟਦੀ ਹਾਂ ਤੇ ਆਖਿਰ ਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਾਂਗੀ ਕਿ ਜੇ ਤੁਹਾਡਾ ਜੀਵਨ ਜਿਹੜਾ ਹੈ ਜਿਹੜਾ ਇੱਕ ਅਧਿਆਪਕ ਹੁੰਦਾ ਹੈ ਉਹ ਸਿਰਫ ਕਿਤਾਬੀ ਗਿਆਨ ਨਹੀਂ ਦਿੰਦਾ ਉਹ ਕਈ ਕਿਤਾਬਾਂ ਦਾ ਗਿਆਨ ਹਾਸਲ ਕਰਕੇ ਗਈ ਗਿਆਨ ਧਿਆਨ ਦਾ ਨਿਚੋੜ ਹੁੰਦਾ ਹੈ ਅਧਿਆਪਕ ਇੱਕ ਸੰਘਰਸ਼ ਦਾ ਨਾਮ ਹੁੰਦਾ ਹੈ ਅਧਿਆਪਕ ਇੱਕ ਅਨੁਭਵ ਦਾ ਗਿਆਨ ਹੁੰਦਾ ਹੈ ਸੋ ਅਧਿਆਪਕ ਨੇ ਜੇ ਸੱਚੀ ਮੁੱਚੀ ਅਧਿਆਪਕ ਦਾ ਆਪਣਾ ਜੀਵਨ ਹੋਏਗਾ ਜੇ ਅਧਿਆਪਕ ਸੱਚੀ ਮੁੱਚੀ ਇੱਕ ਕਹਾਣਣਾ ਵਿੱਚੋਂ ਸਾਹਮਣੇ ਵਿਦਿਆਰਥੀਆਂ ਦੇ ਆ ਰਹੇ ਹੋਵੇਗਾ ਤਾਂ ਉਹ ਉਸ ਮਾਹੌਲ ਉਹ ਅਜਿਹਾ ਮਾਹੌਲ ਬਣਾਏਗਾ ਕਿ ਉਹ ਬਾਤ ਜੋ ਦਿਲ ਸੇ ਨਿਕਲਤੀ ਹੈ ਅਸਰ ਰੱਖਦੀ ਹੈ ਤਾਂ ਸੱਚੀ ਮੁੱਚੀ ਮਾਹੌਲ ਜਿਹੜਾ ਹੈ ਅਬਾਦ ਖੂਬ ਸੂਰਤ ਬਣ ਜਾਏਗਾ ਤੇ ਚੰਗੇ ਵਿਦਿਆਰਥੀ ਪੈਦਾ ਹੋਣਗੇ ਬਹੁਤ ਬਹੁਤ ਸ਼ੁਕਰੀਆ